14 ਪਰ ਡੇ ਮੌਤਾਂ ਸੜਕ ਤੇ ਐਕਸੀਡੈਂਟ ਚ 14 ਨੂੰ ਲਾ ਲਓ ਤੁਸੀਂ 30 ਨਾਲ ਗੁਣਾ ਕਰ ਲਿਆ 420 ਨੂੰ 12 ਨਾਲ ਕਰੋ 5000 ਤੋਂ ਪਰਬੰਧਾ ਹੋ ਗਿਆ ਜੀ 5200 ਬੰਦਾ ਮਰ ਜਾਂਦਾ ਜੀ ਇੱਕ ਸਾਲ ਚ ਬਾਕੀ ਜਿਹੜੇ ਰੀੜ ਦੀ ਹੱਡੀ ਟੁੱਟ ਗਈ ਜਾਂ ਮੰਜੇ ਤੇ ਪੈ ਗਏ ਉਹ ਤਾਂ ਲੱਖਾਂ ਹੀ ਨੇ ਅਸੀਂ ਕੀ ਕੀਤਾ ਹੁਣ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਆ ਨਵੀਂ ਨਵੀਂ ਪੁਲਿਸ ਬਣਾ ਰਹੇ ਆ ਔਰ ਉਹਦੇ ਚ ਯੰਗ ਮੁੰਡੇ ਕੁੜੀਆਂ ਪੀਏਪੀ ਦੇ ਵਿੱਚੋਂ ਲੈ ਕੇ ਹਿਲਿਕਸ ਟੋਇਟਾ ਦੀ ਹਿਲਿਕਸ ਗੱਡੀ ਐ ਦੁਬਈ ਦੀ ਪੁਲਿਸ ਕੋਲ ਹੁੰਦੀ ਉਹ ਉਹ ਲੈ ਕੇ ਦਿੱਤੀ ਉਹਨਾਂ ਨੂੰ 129 ਤੇ ਬੜੀ ਜਲਦੀ ਤੁਹਾਨੂੰ ਸੜਕਾਂ ਤੇ ਨਜ਼ਰ ਆਉਂਗੀਆਂ ਹਿਲਿਕਸ ਦੇ ਵਿੱਚ ਸੜਕ ਸੁਰੱਖਿਆ ਫੋਰਸ ਪੁਲਿਸ ਹਰ 25 ਕਿਲੋਮੀਟਰ ਬਾਅਦ ਦੇ ਰੇਡੀਅਸ ਤੁਹਾਨੂੰ ਇੱਕ ਗੱਡੀ ਮਿਲੂਗੀ ਸੜਕ ਤੇ ਕੋਈ ਸੜਕ ਤੇ ਟਰੱਕ ਖਰਾਬ ਹੋ ਗਿਆ ਕੋਈ ਤੂੜੀ ਵਾਲੀ ਟਰਾਲੀ ਪਲਟ ਗਈ ਉਹ ਗੱਡੀ ਇੰਨੀ ਤਾਕਤਵਾਰ ਹੈ ਉਹ ਟੋਚਨ ਕਰਕੇ ਉਹਨੂੰ ਪਾਸੇ ਕਰ ਦੂਗੀ ਕੋਈ ਐਕਸੀਡੈਂਟ ਹੋ ਗਿਆ ਤਾਂ ਉਸ ਗੱਡੀ ਦੇ ਵਿੱਚ ਗੈਸ ਕਟਰ ਤੋਂ ਲੈ ਕੇ ਫਰਸਟ ਏਡ ਦੇ ਸਮਾਨ ਤੋਂ ਲੈ ਕੇ ਸਭ ਕੁਝ ਹੈ ਉਸ ਗੱਡੀ 'ਚ ਉਹੀ 5 7 10 15 ਮਿੰਟ ਜਿਹੜੇ ਪਹਿਲਾਂ ਕੱਢ ਲਿਓ ਉਹ ਜਾਨ ਬਚਾ ਸਕਦੇ ਕਿਸੇ ਦੀ ਜੇ ਅਸੀਂ 50% ਤੇ ਵੀ ਆ ਗਏ ਪਹਿਲੇ ਸਾਲ ਸਮਝ ਲਓ 25 2600 ਬੰਦੇ ਦੀ ਜਾਨ ਬਚਾਤੀ ਔਰ ਸਟੇਟ ਦੇ ਹੈੱਡ ਦਾ ਸਟੇਟ ਦੇ ਚੀਫ ਮਿਨਿਸਟਰ ਦਾ ਇਹ ਫਰਜ਼ ਬਣਦਾ ਹੁੰਦਾ ਕੋਈ ਆਪਣੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰੇ ਸੋ ਮੈਂ ਕੋਈ ਸਾਨ ਨਹੀਂ ਕਰ ਰਿਹਾ ਇਹ 14 ਪਰ ਡੇ ਮੌਤਾਂ ਸੜਕ ਤੇ ਐਕਸੀਡੈਂਟ ਚ 14 ਨੂੰ ਲਾ ਲਓ ਤੁਸੀਂ 30 ਨਾਲ ਗੁਣਾ ਕਰ ਲਿਆ 420 ਨੂੰ 12 ਨਾਲ ਕਰੋ 5000 ਤੋਂ ਉੱਪਰ ਬੰਦਾ ਹੋ ਗਿਆ ਜੀ 5200 ਬੰਦਾ ਮਰ ਜਾਂਦਾ ਜੀ ਇੱਕ ਸਾਲ ਚ ਬਾਕੀ ਜਿਹੜੇ ਰੀੜ ਦੀ ਹੱਡੀ ਟੁੱਟ ਗਈ ਜਾਂ ਉਹ ਮੰਜੇ ਤੇ ਪੈ ਗਿਆ ਉਹ ਤਾਂ ਲੱਖਾਂ ਹੀ ਨੇ ਅਸੀਂ ਕੀ ਕੀਤਾ ਹੁਣ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਆ ਨਵੀਂ ਨਵੀਂ ਪੁਲਿਸ ਬਣਾ ਰਹੇ ਆ ਔਰ ਉਹਦੇ ਚ ਯੰਗ ਮੁੰਡੇ ਕੁੜੀਆਂ ਪੀਪੀ ਦੇ ਵਿੱਚੋਂ ਲੈ ਕੇ ਹਿਲਿਕਸ ਟੋヨタ ਦੀ ਹਿਲਿਕਸ ਗੱਡੀ ਐ ਦੁਬਈ ਦੀ ਪੁਲਿਸ ਕੋਲ ਹੁੰਦੀ ਉਹ ਉਹ ਲੈ ਕੇ ਦਿੱਤੀ ਉਹਨਾਂ ਨੂੰ 129 ਤੇ ਬੜੀ ਜਲਦੀ ਤੁਹਾਨੂੰ ਸੜਕਾਂ ਤੇ ਨਜ਼ਰ ਆਉਣਗੇ ਹਿਲਿਕਸ ਦੇ ਵਿੱਚ ਸੜਕ ਸੁਰੱਖਿਆ ਫੋਰਸ ਪੁਲਿਸ ਹਰ 25 ਕਿਲੋਮੀਟਰ ਬਾਅਦ ਦੇ ਰੇਡੀਅਸ ਤੁਹਾਨੂੰ ਇੱਕ ਗੱਡੀ ਮਿਲੂਗੀ ਸੜਕ ਤੇ ਕੋਈ ਸੜਕ ਤੇ ਟਰੱਕ ਖਰਾਬ ਹੋ ਗਿਆ ਕੋਈ ਤੂੜੀ ਵਾਲੀ ਟਰਾਲੀ ਪਲਟ ਗਈ ਉਹ ਗੱਡੀ ਇੰਨੀ ਤਾਕਤਵਾਰ ਹੈ ਉਹ ਟੋਚਨ ਕਰਕੇ ਉਹਨੂੰ ਪਾਸੇ ਕਰ ਦੂਗੀ ਕੋਈ ਐਕਸੀਡੈਂਟ ਹੋ ਗਿਆ ਤਾਂ ਉਸ ਗੱਡੀ ਦੇ ਵਿੱਚ ਗੈਸ ਕਟਰ ਤੋਂ ਲੈ ਕੇ ਫਰਸਟ ਏਡ ਦੇ ਸਮਾਨ ਤੋਂ ਲੈ ਕੇ ਸਭ ਕੁਝ ਹੈ ਉਸ ਗੱਡੀ 'ਚ ਉਹੀ 5 7 10 15 ਮਿੰਟ ਜਿਹੜੇ ਪਹਿਲਾਂ ਕੱਢ ਲਿਓ ਉਹ ਜਾਨ ਬਚਾ ਸਕਦੇ ਕਿਸੇ ਦੀ ਜੇ ਅਸੀਂ 50% ਤੇ ਵੀ ਆ ਗਏ ਪਹਿਲੇ ਸਾਲ ਸਮਝ ਲਓ 25 2600 ਬੰਦੇ ਦੀ ਜਾਨ ਬਚਾਤੀ ਔਰ ਸਟੇਟ ਦੇ ਹੈੱਡ ਦਾ ਸਟੇਟ ਦੇ ਚੀਫ ਮਿਨਿਸਟਰ ਦਾ ਇਹ ਫਰਜ਼ ਬਣਦਾ ਹੁੰਦਾ ਕੋਈ ਆਪਣੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰੇ ਸੋ ਮੈਂ ਕੋਈ ਸਾਨ ਨਹੀਂ ਕਰ ਰਿਹਾ ਇਹ 14 ਪਰ ਡੇ ਮੌਤਾਂ ਸੜਕ ਤੇ ਐਕਸੀਡੈਂਟ ਚ 14 ਨੂੰ ਲਾ ਲਓ ਤੁਸੀਂ 30 ਨਾਲ ਗੁਣਾ ਕਰ ਲਿਆ 420 ਨੂੰ 12 ਨਾਲ ਕਰੋ 5000 ਤੋਂ ਉੱਪਰ ਬੰਦਾ ਹੋ ਗਿਆ ਜੀ 5200 ਬੰਦਾ ਮਰ ਜਾਂਦਾ ਜੀ ਇੱਕ ਸਾਲ ਚ ਬਾਕੀ ਜਿਹੜੇ ਰੀੜ ਦੀ ਹੱਡੀ ਟੁੱਟ ਗਈ ਜਾਂ ਉਹ ਮੰਜੇ ਤੇ ਪੈ ਗਿਆ ਉਹ ਤਾਂ ਲੱਖਾਂ ਹੀ ਨੇ ਅਸੀਂ ਕੀ ਕੀਤਾ ਹੁਣ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਆ ਨਵੀਂ ਨਵੀਂ ਪੁਲਿਸ ਬਣਾ ਰਹੇ ਆ ਔਰ ਉਹਦੇ ਚ ਯੰਗ ਮੁੰਡੇ ਕੁੜੀਆਂ ਪੀਪੀ ਦੇ ਵਿੱਚੋਂ ਲੈ ਕੇ ਹਿਲਿਕਸ ਟੋਇਟਾ ਦੀ ਹਿਲਿਕਸ ਗੱਡੀ ਹੈ ਦੁਬਈ ਦੀ ਪੁਲਿਸ ਕੋਲ ਹੁੰਦੀ ਉਹ ਉਹ ਲੈ ਕੇ ਦਿੱਤੀ ਉਹਨਾਂ ਨੂੰ 129 ਤੇ ਬੜੀ ਜਲਦੀ ਤੁਹਾਨੂੰ ਸੜਕਾਂ ਤੇ ਨਜ਼ਰ ਆਉਣਗੇ ਹਿਲਿਕਸ ਦੇ ਵਿੱਚ ਸੜਕ ਸੁਰੱਖਿਆ ਫੋਰਸ ਪੁਲਿਸ ਹਰ 25 ਕਿਲੋਮੀਟਰ ਬਾਅਦ ਦੇ ਰੇਡੀਅਸ ਤੁਹਾਨੂੰ ਇੱਕ ਗੱਡੀ ਮਿਲੂਗੀ ਸੜਕ ਤੇ ਕੋਈ ਸੜਕ ਤੇ ਟ੍ਰੱਕ ਖਰਾਬ ਹੋ ਗਿਆ ਕੋਈ ਤੂੜੀ ਵਾਲੀ ਟਰਾਲੀ ਪਲਟ ਗਈ ਉਹ ਗੱਡੀ ਇੰਨੀ ਤਾਕਤਵਾਰ ਹੈ ਉਹ ਟੋਚਨ ਕਰਕੇ ਉਹਨੂੰ ਪਾਸੇ ਕਰ ਦੂਗੀ ਕੋਈ ਐਕਸੀਡੈਂਟ ਹੋ ਗਿਆ ਤਾਂ ਉਸ ਗੱਡੀ ਦੇ ਵਿੱਚ ਗੈਸ ਕਟਰ ਤੋਂ ਲੈ ਕੇ ਫਰਸਟ ਏਡ ਦੇ ਸਮਾਨ ਤੋਂ ਲੈ ਕੇ ਸਭ ਕੁਝ ਹੈ ਉਸ ਗੱਡੀ 'ਚ ਉਹੀ 5 7 10 15 ਮਿੰਟ ਜਿਹੜੇ ਪਹਿਲਾਂ ਕੱਢ ਲਿਓ ਜਾਨ ਬਚਾ ਸਕਦੇ ਆ ਕਿਸੇ ਦੀ ਜੇ ਅਸੀਂ 50% ਤੇ ਵੀ ਆ ਗਏ ਪਹਿਲੇ ਸਾਲ ਸਮਝ ਲਓ 25 2600 ਬੰਦੇ ਦੀ ਜਾਨ ਬਚਾਤੀ ਔਰ ਸਟੇਟ ਦੇ ਹੈੱਡ ਦਾ ਸਟੇਟ ਦੇ ਚੀਫ ਮਿਨਿਸਟਰ ਦਾ ਇਹ ਫਰਜ਼ ਬਣਦਾ ਹੁੰਦਾ ਕੋਈ ਆਪਣੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰੇ ਸੋ ਮੈਂ ਕੋਈ ਸਾਨ ਨਹੀਂ ਕਰ ਰਿਹਾ ਇਹ